ਯਾਰਾਂ ਨਾਲ ਬਹਾਰਾਂ, ਮੇਰਾ ਚੱਡੀ ਫਰੈਂਡ ਤੇ ਕ੍ਰਾਈਮ ਪਾਰਟਨਰ ਪਾਕਿਸਤਾਨ ਤੋਂ ਮੈਨੂੰ ਵਿਜ਼ਿਟ ਕਰਨ ਆ ਰਿਹਾ। ਸਵੇਰੇ ਮੈਂ ਫਟਾਫਟ ਗਰੋਸਰੀ ਕੀਤੀ ਤੇ ਉਹ ਤੋਂ ਬਾਅਦ ਮੈਂ ਚਾਹ ਪੀਤੀ। ਮੇਰੇ ਦੋਸਤ ਆ ਰਹੇ ਪਾਕਿਸਤਾਨ ਤੋਂ ਤੇ ਮੈਨੂੰ ਬੜੀਆਂ ਚਾਹ ਚੜੇ ਹੋਏ ਨੇ, ਬੜੇ ਚਾਹ ਕਰੇ। ਤੇਲ ਪਾਣੀ ਪਾਇਆ ਮੈਂ ਤੁੰਨ ਕੇ ਤੇ ਆਟਾ ਚੰਗੀ ਤਰ੍ਹਾਂ ਗੁੰਨ ਕੇ, ਛੇਤੀ ਛੇਤੀ ਸਬਜ਼ੀ ਕੱਟੀ ਵੱਡੀ, ਗੰਨਿਆਂ ਨੂੰ ਘਿਓ ਵਿੱਚ ਪਾਇਆ, ਘਿਓ ਦੀ ਛਣ ਛਣ ਸੁਣ ਕੇ ਮੈਨੂੰ ਬੜਾ ਮਜ਼ਾ ਆਇਆ। ਫਿਰ ਗੋਸ਼ਤ ਤੇ ਸਬਜ਼ੀਆਂ ਨੂੰ ਕੜਾਈ ਵਿੱਚ ਤੁੰਨਿਆ, ਇਹ ਵੇਖ ਕੇ ਖੁਸ਼ੀ ਨਾਲ ਚਮਚਾ ਕੜਾਈ ਵਿੱਚ ਚੰਗੀ ਤਰ੍ਹਾਂ ਘੁੰਮਿਆ। ਮਾਂ ਦੇ ਪਾਕਿਸਤਾਨੋਂ ਭੇਜੇ ਮਸਾਲਿਆਂ ਨੂੰ ਮੈਂ ਰੱਖਿਆ ਸੀ ਦਿਲ ਨਾਲ ਲਾਇਆ, ਫਿਰ ਮੈਂ ਦਿਲ ਵੱਡਾ ਕਰਕੇ ਹਾਂਡੀ ਵਿੱਚ ਇਹਨਾਂ ਨੂੰ ਹੀ ਪਾਇਆ। ਫਿਰ ਮੈਂ ਆਪਣਾ ਖੁਫੀਆ ਮੰਤਰ ਅਪਲਾਈ ਕੀਤਾ ਤੇ ਮਿੰਟਾਂ 'ਚ ਕਮਰਾ ਸਾਫ਼ ਕੀਤਾ। ਆਖਿਰਕਾਰ ਜਿਸ ਕਾ ਇੰਤਜ਼ਾਰ ਥਾ ਵੋ ਆ ਗਏ। ਪਾਕਿਸਤਾਨ ਪਹਿਲੀ ਰੋਟੀ ਮੈਂ ਤਵੇ ਤੇ ਪਾਈ ਤੇ ਮੇਰਾ ਪਾਰਟੀ ਰੋਟੀ ਫਰੈਂਡ ਵੀ ਆ ਗਿਆ ਮੇਰੇ ਭਾਈ। ਦੋਸਤੋ ਤੁਸੀਂ ਆ ਨਾ ਸਮਝਿਓ ਵੀ ਮੈਂ ਇਹਦੇ ਘਰ ਜਾ ਕੇ ਰੋਟੀ ਖਾਣਾ ਹੈ। ਦੇਖ ਲਓ ਅੱਜ ਹੈਪੀ ਦੇ ਘਰ ਆਇਆ ਹੋਇਆ ਤੇ ਮੈਂ ਜਿਹੜੀ ਇਹਨੂੰ ਬੋਤਲ ਪਿਲਾਣੀ ਉਹਦੀ ਤਸਵੀਰ ਉਹਦੀ ਵਿੱਚ ਪਾਉਂਗਾ। ਨਹੀਂ ਜਿਹੜੀ ਮੈਂ ਤੈਨੂੰ ਪਿਲਾਣੀ ਆ। ਮੈਨੂੰ ਕਿਹੜੀ ਪਿਆਣੀ, ਮੈਂ ਨਹੀਂ ਪੀਣੀ ਮੈਂ ਤੇਰੇ ਕੋਲ ਬੋਤਲ। ਪਰੌਣਾ ਬੇਜ਼ਬਾਨ ਹੁੰਦਾ, ਮੈਨੂੰ ਇਹਨਾਂ ਦੀਆਂ ਸ਼ਕਲਾਂ ਵੇਖ ਕੇ ਲੱਗਿਆ ਇਹ ਭੁੱਖ ਨਾਲ ਮਰੇ ਪਏ ਆ ਮੇਰੇ ਭਾਈ। ਮੈਂ ਫਟਾਫਟ ਦਸਤਰਖਾਨ ਵਿਛਾਇਆ ਤੇ ਕੁੱਕੜ ਵਾਲੀ ਕੜਾਈ ਇਹਨਾਂ ਦੇ ਸਾਹਮਣੇ ਲਿਆਇਆ। ਮੇਰਾ ਇੰਤਜ਼ਾਰ ਕੀਤੇ ਬਗੈਰ ਮੇਰੇ ਯਾਰ ਨੇ ਫਟਾਫਟ ਰੋਟੀ ਨੂੰ ਜੱਫਾ ਪਾਇਆ ਤੇ ਇਹਨੇ ਇੱਕੋ ਵਾਰੀ ਪੂਰੀ ਰੋਟੀ ਨੂੰ ਮੂੰਹ 'ਚ ਅੜਾਇਆ। ਅਬ ਹਮ ਆਪਣੇ ਰੈਸਟੋਰੈਂਟ ਸੇ ਬਾਹਰ ਨਿਕਲ ਰਹੇ ਹੈ, ਉਹਨਾਂ ਨੇ ਹਮੇਂ ਧੱਕੇ ਮਾਰ ਕੇ ਨਿਕਾਲਾ, ਉਹਨਾਂ ਨੇ ਕਹਾ ਜਾਓ। ਬਾਹਰੋਂ ਘੁੰਮ ਫਿਰ ਕੇ ਆਏ, ਫਿਰ ਇਹਨਾਂ ਨੂੰ ਪੂਲ ਦੇ ਨਜ਼ਾਰੇ ਵੀ ਕਰਵਾਏ। ਦੋਸਤੋ ਇਹ ਸਟ੍ਰੈਚਰਾਂ ਤੇ ਮਰੀਜ਼ ਨਹੀਂ ਲੰਮੇ ਪਏ ਹੋਏ, ਇਹ ਪੂਲ ਦੇ ਕਿਨਾਰੇ ਵਿਊ ਇੰਜੋਏ ਕਰ ਰਹੇ ਹਾਂ ਮੇਰੇ ਭਾਈ। ਫਿਰ ਮੈਂ ਲੰਮੀ ਬਾਂਹ ਕਰਕੇ ਤੁਹਾਨੂੰ ਵੀ ਸਾਰੇ ਨਜ਼ਾਰੇ ਚੈੱਕ ਕਰਵਾਏ। ਇਹਦੇ ਖਰਾਟਿਆਂ ਨੇ ਮੇਰੇ ਕੰਨਾਂ ਦੇ ਕੀੜੇ ਹੀ ਕੱਢਤੇ। ਜੀ ਅਬ ਜਾ ਰਹੇ ਮੇਰੇ ਪਾਸ, ਦਿਲ ਬੜਾ ਦੁੱਖ ਰਿਹਾ, ਪਰ ਇਸਕੋ ਹੀ ਕਹਿੰਦੇ ਪਰਦੇਸ, ਖੁਸ਼ ਰਹਿਣਾ ਪੜਤਾ ਬੰਦੇ। ਆਹ ਦੇਖੋ ਟੋਪੀ, ਟੋਪੀ ਮੈਂ ਦੇਖੋ, ਧੁੱਪ ਬਹੁਤ ਜ਼ਿਆਦਾ ਯਹਾਂ ਪੇ, ਧੁੱਪ ਅੱਜ ਧੁੱਪ ਸੜੀ ਹੈ, ਧੁੱਪ ਸੜੀ। ਉਸਮਾਨ ਭਾਈ ਕੇ ਸਾਥ ਨਾਈਟ ਸਪੈਂਡ ਕੀਆ ਜੀ, ਬਹੁਤ ਮਜ਼ਾ ਆਇਆ, ਬੜਾ ਅੱਛਾ ਇਹਨਾਂ ਨੇ ਕੋਆਪਰੇਟ ਕੀਆ, ਥੱਲੇ ਲੰਮੇ ਪਾਇਆ ਇਹਨਾਂ ਨੂੰ। ਨਹੀਂ ਬਹੁਤ ਅੱਛਾ ਜੀ, ਇਹਨਾਂ ਨੇ ਚਿਕਨ ਕੜਾਈ ਜੋ ਰਾਤ ਬਣਾਈ ਹੈ ਉਹ ਬਹੁਤ ਜ਼ਬਰਦਸਤ ਸੀ, ਉਹ ਮਲੇਸ਼ੀਆ ਮੈਂ ਅੱਜ ਤੱਕ ਵੈਸਾ ਟੇਸਟ ਨਹੀਂ ਮਿਲਿਆ, ਬਹੁਤ ਜ਼ਬਰਦਸਤ ਬਣਾਈ ਜਿਸਨੇ ਖਾਣੀ ਹੋ ਮੇਰੇ ਵੱਲ ਨਾ। ਓਕੇ ਜੀ, ਆਖਰਕਾਰ ਉਹ ਕੜੀ ਆ ਗਈ ਸੀ ਤੇ ਮੇਰਾ ਦਿਲ ਖੂਨ ਦੇ ਆਂਸੂ ਰੋ ਰਿਹਾ ਸੀ। ਕਲੇਜੇ ਤੇ ਵਟਾ ਰੱਖ ਕੇ ਫਿਰ ਮੈਂ ਇਹਨੂੰ ਜੱਫੀ ਪਾਈ। ਆਪਣੀ ਅੰਮੀ ਤੇ ਬੱਚਿਆਂ ਵਾਸਤੇ ਕੁਝ ਸ਼ੈਵਾਂ ਭੇਜੀਆਂ ਤੇ ਮੈਂ ਕਿਹਾ ਮੇਰੇ ਘਰ ਯਾਦ ਨਾ ਪਹੁੰਚਾ ਦੀ ਮੇਰੇ ਭਾਈ। ਵਿਕਾਸ ਭਾਈ ਵੀ ਬੜੇ ਗ੍ਰੇਟ ਮੈਨ ਸੀ ਮੇਰੇ ਭਾਈ ਤੇ ਫਿਰ ਉਹ ਗੱਡੀ 'ਚ ਬੈਠਾ ਤੇ ਉਹ ਗਿਆ ਮੇਰੇ ਭਾਈ। ਬੱਦਲ ਵੀ ਮੇਰੇ ਵੱਲ ਵੇਖ ਕੇ ਰੋਏ, ਕਹਿੰਦੇ ਤੂੰ ਇਕੱਲਾ ਹੋ ਗਿਆ ਵਾ ਫਿਰ ਮੇਰੇ ਭਾਈ। ਪਰਦੇਸ ਕੱਟਣੇ ਵੀ ਕਿੰਨੇ ਔਖੇ ਆ ਮੇਰੇ ਭਾਈ। ਟੇਕ ਕੇਅਰ, ਬਾਏ ਬਾਏ, ਟੇਕ ਕੇਅਰ, ਬਾਏ ਬਾਏ।